ਮੈਂ ਇੰਨੇ ਚਾਵਾਂ ਨਾਲ ਵਿਆਹ ਕੀਤਾ ਮੇਰੇ ਪੁੱਤ ਦਾ, ਇੱਕ ਲੈਣੀ ਸਾਡੇ ਘਰੇ ਕਿੱਥੋਂ ਆ ਗਈ, ਸਾਰਾ ਲੁੱਟ ਕੇ ਲੈ ਗਈ ਸਾਨੂੰ। ਧੋਖਾ ਦੇ ਗਈ, ਮੇਰਾ ਪੁੱਤ ਉੱਤੇ ਸੜਕਾਂ ਤੇ ਰੁਲਦਾ ਫਿਰਦਾ। ਕੈਨੇਡਾ ਜਾ ਕੇ ਆਪਣੇ ਸਹੁਰਿਆਂ ਨੂੰ ਭੁੱਲੀ ਕੁੜੀ, ਵਟਸਐਪ ਤੇ ਪੂਰੇ ਟੱਬਰ ਨੂੰ ਕਰਤਾ ਬਲੌਕ, ਮੁੰਡੇ ਨੂੰ ਵੀ ਵਿਦੇਸ਼ ਚ ਕੁੜੀ ਨੇ ਕਰਤਾ ਘਰੋਂ ਬਾਹਰ, ਸੜਕਾਂ ਤੇ ਧੱਕੇ ਖਾ ਰਿਹਾ ਮੁੰਡਾ, ਸਹੁਰਿਆਂ ਨੂੰ ਲਾ ਗਈ 38 ਲੱਖ ਦਾ ਚੂਨਾ। ਕੈਨੇਡਾ ਜਾ ਆਪਣੇ ਸਹੁਰਿਆਂ ਨੂੰ ਇੱਕ ਕੁੜੀ ਭੁੱਲ ਗਈ ਹੈ, ਇਸ ਤਰੀਕੇ ਦਾ ਕਹਿਣਾ ਹੈ ਸਹੁਰੇ ਪਰਿਵਾਰ। ਹੱਥ ਦੇ ਵਿੱਚ ਐਲਬਮ ਫੜ ਕੇ ਰੋ ਰਹੀ ਇਹ ਔਰਤ, ਜਿਸਨੇ ਕਿ ਕੁਛ ਚਿਰ ਪਹਿਲਾਂ ਆਪਣੇ ਮੁੰਡੇ ਦਾ ਵਿਆਹ ਕੀਤਾ, ਉਸ ਕੁੜੀ ਦੇ ਨਾਲ ਜਿਸ ਕੁੜੀ ਦੇ ਆਈਲੈਟਸ ਦੇ ਵਿੱਚ 7 ਬੈਂਡ ਆਏ ਸੀ, ਤਾਂ ਦੋਨੇ ਜੀ ਸਪਾਊਸ ਵੀਜ਼ਾ ਲਗਾ ਕੇ ਬਾਹਰ ਚਲੇ ਗਏ। ਬਾਹਰ ਜਾ ਕੇ ਕੁੜੀ ਦੇ ਤੇਵਰ ਹੀ ਬਦਲ ਗਏ। ਕੁੜੀ ਨੇ ਮੁੰਡੇ ਨੂੰ ਘਰੋਂ ਬਾਹਰ ਕੱਢਿਆ ਅਤੇ ਆਪਣੇ ਪੂਰੇ ਸਹੁਰੇ ਪਰਿਵਾਰ ਨੂੰ ਬਲੌਕ ਕਰ ਦਿੱਤਾ। ਮੁੰਡੇ ਵਾਲਿਆਂ ਨੇ ਇਹ ਵੀ ਕਿਹਾ ਹੈ ਕਿ 38 ਲੱਖ ਲਾ ਕੇ ਉਹਨਾਂ ਨੇ ਦੋਹਾਂ ਨੂੰ ਬਾਹਰ ਭੇਜਿਆ ਸੀ, ਜਿਹੜੇ ਕਿ ਹੁਣ ਮਿੱਟੀ ਹੋ ਗਏ ਨੇ, ਕਿਉਂਕਿ ਉਹਨਾਂ ਦੇ ਮੁੰਡੇ ਨੂੰ ਕੁੜੀ ਨੇ ਬਾਹਰ ਜਾ ਕੇ ਛੱਡ ਦਿੱਤਾ ਹੈ। ਇਸ ਤਰੀਕੇ ਦੇ ਇਲਜ਼ਾਮ ਮੁੰਡੇ ਵਾਲੇ ਕੁੜੀ 'ਤੇ ਲਾ ਰਹੇ ਨੇ। ਹੁਣ ਕੁੜੀ ਵਾਲਿਆਂ ਦਾ ਪੱਖ ਹਾਲੇ ਤੱਕ ਸਾਹਮਣੇ ਨਹੀਂ ਆਇਆ, ਪਰ ਉਹਨਾਂ ਚਿਰ ਆਓ ਪਰਿਵਾਰ ਦੇ ਕੋਲੋਂ ਹੀ ਜਾਣਦੇ ਆ ਕਿ ਆਖਿਰਕਾਰ ਕੁੜੀ ਬਾਹਰ ਜਾ ਕੇ ਮੁੱਕਰੀ ਕਿਉਂ। ਇਹ ਕਾਰਨ ਤਾਂ ਇਹ ਹੈ ਜੀ ਵੀ ਉਹਨਾਂ ਨੇ ਪਹਿਲਾਂ ਘੜੀ ਮਿੱਥੀ ਸਾਜ਼ਿਸ਼ ਸੀਗੀ ਇਹਨਾਂ ਤਿੰਨਾਂ ਦੀ ਜੀ, ਵੀ ਇਹ ਪਰਿਵਾਰ ਤੋਂ ਪੈਸੇ ਲਵਾਓ, ਇਹਨਾਂ ਦਾ ਝੱਗਾ ਚੱਕੋ ਤਿੰਨਾਂ ਦੀ, ਰਣਜੀਤ ਸਿੰਘ, ਰਣਜੀਤ ਕੌਰ ਸਭੀ ਅਤੇ ਦਮਨਪ੍ਰੀਤ ਕੌਰ, ਵੀ ਇਹਨਾਂ ਤੋਂ ਪੈਸੇ ਲਵਾ ਕੇ। ਮੈਂ ਉਦੋਂ ਪਹਿਲਾਂ ਦਮਨ ਦੇ ਜਾਣ ਤੋਂ ਪਹਿਲਾਂ ਦਮਨ ਦੇ ਮੇਰੀ ਨੂੰਹ ਦੇ ਫਾਦਰ ਅਰੀਜੀਤ ਸਿੰਘ ਕੋਲ ਜਾਂਦਾ ਰਿਹਾ, ਉਹ ਮੈਨੂੰ ਇਹ ਕਹਿ ਕੇ ਟਾਲ ਦਿੰਦਾ ਵੀ ਸਾਡੇ ਨਾਲ ਵੀ ਨਹੀਂ ਕਰਦੀ, ਮੈਂ ਕੀ ਕਰਾਂ। ਮਹਾਂ ਜੀ ਤੁਸੀਂ ਜ਼ਿੰਮੇਵਾਰੀ ਲਈ ਤੀ, ਅਸੀਂ ਇੰਨੇ ਪੈਸੇ ਲਾ ਚੁੱਕੇ ਵੀ ਕੀ ਬਣੂਗਾ ਜੇ ਕੱਲ੍ਹ ਨੂੰ ਕੋਈ 19-21 ਗੱਲ ਹੋ ਗਈ, ਆਪਣੀ ਦੋਹਾਂ ਦੀਆਂ ਦਾੜੀਆਂ ਰੋਲਾਂਗੇ। ਹਾਂਜੀ ਬੇਟਾ ਉੱਥੇ ਰੁਲ ਰਹੇ? ਬੇਟਾ ਤਾਂ ਉੱਥੇ ਰੁਲਣਾ ਹੀ ਹੈ ਜੀ, 9 ਸਤੰਬਰ ਤੱਕ ਉਹਦਾ ਵੀਜ਼ਾ ਸੀਗਾ, ਹੁਣ ਉਹਦੇ ਕੋਲ ਕੋਈ ਵੀਜ਼ਾ ਨਹੀਂ ਹੈਗਾ, ਹੁਣ ਹਵਾ 'ਚ ਆਹੋ। ਹੁਣ ਜੇ ਅਸੀਂ ਉਹਦਾ ਵਰਕ ਪਰਮਿਟ ਵੀ ਲਵਾਉਣਾ, ਕੁੜੀ ਸਾਥ ਨਹੀਂ ਦਿੰਦੀ, ਕੁੜੀ ਨੇ ਤਾਂ ਜਾਂ ਕੱਢ ਕੇ ਵਗੈਰਾ ਖਬਰ ਸਾਡੇ ਦੇ ਪੇਟ 'ਤੇ ਕੀ ਇਲਜ਼ਾਮ ਲਾਊ, ਉਹ ਵੀ ਡਿਪਰੈਸ਼ਨ 'ਚ ਤੀ, ਹੁਣ ਸਾਨੂੰ LMI ਲੈਣੀ ਪਊ, ਉਹ 'ਤੇ 40 ਲੱਖ ਫੇਰ ਸਾਨੂੰ ਲਾਉਣਾ ਪਊਗਾ ਜੀ। ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨਾਂ ਨੇ ਘੜੀ ਮਿੱਥੀ ਸਾਜ਼ਿਸ਼ ਕਰਕੇ ਸਾਡੇ ਨਾਲ ਧੋਖਾ ਕੀਤਾ, ਮੇਰੇ ਬੇਟੇ ਨੂੰ ਅਤੇ ਸਾਨੂੰ ਇਹਨਾਂ ਨੇ ਬਰਬਾਦ ਕੀਤਾ। ਜੇ ਮੇਰੇ ਬੇਟੇ ਨੂੰ ਉੱਧਰ ਕੈਨੇਡਾ ਵਿੱਚ ਜਾਂ ਸਾਨੂੰ ਇੱਥੇ ਦੋ ਸਾਡੇ ਪਰਿਵਾਰ ਨੂੰ, ਮੇਰੀ ਵਾਈਫ, ਮੈਨੂੰ ਅਤੇ ਮੇਰੀ ਦਾਦੀ ਮਾਂ, ਮੇਰੀ ਮਾਤਾ ਨੂੰ ਕੁਛ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਇਹ ਨੇ। ਜੇ ਅਸੀਂ ਸਾਨੂੰ ਇਹਨਾਂ ਨੇ ਜਾਣੀ ਮੈਂਟਲੀ ਵੀ ਡੈਡ ਕਰਤਾ ਜੀ, ਆਰਥਿਕ ਤੌਰ 'ਤੇ ਵੀ ਡੈਡ ਕਰਤਾ, ਮੇਰੀ ਸਾਰੀ ਜ਼ਮੀਨ ਜਾਇਦਾਦ ਵਿਕ ਗਈ ਜੀ, ਔਨ ਰਿਕਾਰਡ ਰਜਿਸਟਰੀਆਂ ਮੇਰੇ ਕੋਲ ਨੇ, ਮੇਰੀ ਜਾਇਦਾਦ ਵਿਕੀ ਦੀਆਂ ਜੀ ਸਾਰੀਆਂ। ਇਹ ਸਾਰੀ ਜਾਇਦਾਦ ਤੁਸੀਂ ਵੇਚ ਗਏ? ਵੇਚਤੀ ਜੀ, ਉਹ ਦਮਨਪ੍ਰੀਤ ਪਿੱਛੇ, ਉਹਨੇ ਸਾਡੇ ਨਾਲ ਉਸ ਲੜਕੀ, ਹਾਂਜੀ ਹਾਂ, ਧੋਖਾ ਕਰਕੇ ਆਪਦੀ ਕੁੜੀ ਵਾਂਗੂ ਤੁਸੀਂ ਉਹਨੂੰ ਰੱਖਿਆ ਸੀ? ਤਾਂ ਦੇਖੋ ਜੀ ਮੇਰੇ 2 ਬੇਟੇ ਨੇ, ਜਦ ਇਹ ਰਿਸ਼ਤਾ ਹੋਇਆ ਸੀ ਵੈਸੇ ਮੈਂ ਉਹਨੂੰ ਬੇਟੀ ਬਣਾ ਕੇ ਲੈ ਕੇ ਆਇਆ ਸੀ, ਆਪਦੀ ਹੱਕੀ ਬੇਟੀ, ਵੀ ਮੇਰੇ 2 ਬੇਟੇ ਨੇ, ਮੇਰੀ ਤੀਜੀ ਮੇਰੀ ਬੇਟੀ ਆ। ਉਹੀ ਬੇਟੀ ਤੁਹਾਡਾ ਘਰ ਉਜਾੜ ਗਈ? ਉਹ ਬੇਟੀ ਮੇਰਾ ਘਰ ਉਜਾੜ ਕੇ, ਮੇਰੇ ਬੇਟੇ ਨੂੰ ਉਜਾੜ ਕੇ, ਸਾਨੂੰ ਉਜਾੜ ਕੇ, ਰਫੂ ਚੱਕਰ ਹੋ ਗਈ, ਸਾਨੂੰ ਨਹੀਂ ਪਤਾ ਉਹ ਕੀ ਕਰਦੇ ਆ। ਕੀ ਮੰਗ ਕਰਦੇ ਹੋ? ਮਾਮਲਾ ਕਿਸ ਦੇ ਖਿਲਾਫ ਤੁਸੀਂ ਦਰਜ ਕਰਾਇਆ? ਦਮਨਪ੍ਰੀਤ ਸਮੇਤ ਕਿਸ ਦੇ, ਉਸਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ? ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਜੀ, ਪੁਲਿਸ ਡਿਪਾਰਟਮੈਂਟ ਨੇ ਸਾਡੀ ਬਹੁਤ ਵਧੀਆ ਸੁਣੀ ਆ ਜੀ, ਇਹ ਨਹੀਂ ਗੱਲ, ਮਾਣਯੋਗ SSP ਨੇ ਸਾਡਾ ਬਹੁਤ ਪੱਖ ਸੁਣਿਆ, ਪਰ ਜਿਹੜੀ DSP ਹੈੱਡਕੁਆਰਟਰ ਨੇ ਤਿੰਨਾਂ 'ਤੇ ਪਰਚੇ ਦੀ ਸਿਫਾਰਸ਼ ਕੀਤੀ ਸੀਗੀ, ਰਣਜੀਤ ਕੌਰ ਸਭੀ, ਅਰੀਜੀਤ ਸਿੰਘ ਅਤੇ ਦਮਨਪ੍ਰੀਤ ਕੌਰ ਦੇ, ਪੂਰੀ ਘੋਖ ਪੜਤਾਲ ਕਰਕੇ ਹੋਈ ਸੀਗੀ। ਉਦੋਂ ਬਾਅਦ SPD ਕੋਲ ਗਈ ਆ, SP ਹੈੱਡਕੁਆਰਟਰ ਕੋਲ ਗਈ ਆ, ਉਹਨਾਂ ਨੇ ਕੀ ਕਰਕੇ ਪਤਾ ਨਹੀਂ ਕੀ ਹੋਇਆ ਜੀ, ਮੈਨੂੰ ਨਹੀਂ ਪਤਾ, DSP ਹੈੱਡ SPD ਨੇ 2 ਜਣਿਆਂ 'ਤੇ ਪਰਚੇ ਦੀ ਕਰਕੇ ਸਿਫਾਰਸ਼ ਭੇਜਤੀ। ਠੀਕ ਹੈ, ਕੁੜੀ ਦੀ ਮਾਤਾ ਦੇ ਖਿਲਾਫ ਵੀ ਕਰਾਉਣਾ ਚਾਹੁੰਦੇ ਤੁਸੀਂ? ਹਾਂਜੀ, ਕੁੜੀ ਦੀ ਮਾਤਾ ਦੇ ਖਿਲਾਫ ਵੀ ਅਸੀਂ ਉਹਦਾ ਨਾਮ ਵਿੱਚ ਪਵਾਉਣਾ ਚਾਹੁੰਦੇ, ਕਿਉਂਕਿ ਸਾਰੀ ਕਰਤਾ ਧਰਤਾ ਗੇਮ ਉਹਨਾਂ ਦੀ ਭਾਗੀਦਾਰੀ ਜ਼ਿਆਦਾ ਸੀ, ਬਹੁਤ ਜ਼ਿਆਦਾ ਭਾਗੀਦਾਰੀ ਹੈ ਜੀ ਉਹਨਾਂ ਦੀ, ਬਾਕੀ ਭਾਗੀਦਾਰੀ ਤਾਂ ਸਾਰਿਆਂ ਦੀ ਹੀ ਹੈ।
ਉਹਨਾਂ ਦੀ ਯਾਦ ਆ ਕਿਉਂਕਿ ਸਾਨੂੰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਉਦੋਂ ਬਾਅਦ ਵੀ ਅਸੀਂ ਗਏ ਜੀ ਦੋ ਤਿੰਨ ਵਾਰੀ ਦੁਕਾਨ 'ਤੇ ਜਾ ਕੇ ਭਾਈ ਕੇ ਟ੍ਰੇਡਰ 'ਤੇ ਹਨੂੰਮਾਨ ਮੰਦਿਰ ਦੇ ਸਾਹਮਣੇ ਮਲੇਰ ਕੋਲ ਲਿਆ ਜੀ। ਬਿਲਕੁਲ ਮੈਂ ਮਿਹਨਤ ਤਰਲਾ ਕਰਕੇ ਹਾਂ ਵੀ ਭਾਈ ਛੱਡਣਾ ਆਹ ਧੋਖਾ ਹੋ ਗਿਆ, ਸਾਨੂੰ ਕਹਿੰਦਾ ਕਰ ਲਓ ਜਿਹੜਾ ਕੁਛ ਕਰਨਾ, ਇਹਦਾ ਜਿਹੜਾ ਕੁਛ ਹੋਣਾ ਤੀ ਹੋ ਗਿਆ, ਮੈਂ ਕੀ ਕਰਾਂ, ਮੇਰੀ ਤਾਂ ਆਪ ਨਹੀਂ ਫੋਨ ਚੱਕਦੀ। ਬਿਲਕੁਲ ਅਸੀਂ 6-7 ਜਣੇ ਗਏ ਸੀਗੇ ਜੀ ਪੰਚਾਇਤੀ ਤੌਰ 'ਤੇ।